आ गई भी आ गई भाभी रणजीत कौर चमिया वाली रसोई घर दे विच तुहाडे वास्ते कद्दू दे कोफ्ते लैके तुहानू दसूगी भी किवें बणदे आ। ठीक है ना, पहले आपां तेल पा दईए, तेल तुसीं अपने हिसाब नाल पाउणा। ठीक है ना, इह आ पाता आपां तेल, गैस करती गर्म, गैस करती गर्म कि तेल कर दित्ता गर्म? हां तेल हो चलिया गर्म अपना। बस पैं तुहानू दस्सदी आं कद्दू दे कोफ्ते किद्दां बणदे आ। पहले इन्हां नूं 10-15 मिंट मिर्च लून पा के कद्दूकस करके विच की पाईदा, बेसन। ठीक है ना, कद्दू लियाओ, कद्दूकस करो। आहो कद्दू लैके आना, कद्दू होर घरे थोड़ी बीजना आपां कद्दू। ठीक है ना, कद्दू लैके आओ, कद्दूकस करो, लून मिर्च मसाला पा के बेसन बुसन पा के पहले इन्हू अद्धा घंटा चाहे 15-20 मिनट भिओंके रखो इन्हू इदा करके। ठीक है ना, फिर ना कड़े नहीं बनते गए, सख्त नहीं बनते गए, पकौड़े पोले पोले रहेंगे। ठीक है ना, पकौड़े फिर ना चाह नाल खाओ, ना ही खाओ सब्जी बना के। ठीक है ना, वो चाह नाल भी खाते आ। तेल होया गरम? हो गया तेल गरम अपना। कच्चे तेल भी जना पा दी, फिर टेस्ट आता कच्चे तेल का। आप ही बना लो, उठ के पता ਸਕਦਾ ਤੇਰੀ ਦਿਖਾਉਣੀ ਆ ਬੂਥਾ ਦਾ, ਤੈਨੂੰ ਆਉਂਦਾ ਕੀ ਆ ਬਣਾਉਣਾ? ਹਾਂ ਬਕਵਾਸ ਕਰਦੇ ਆ, ਮੂੰਹ ਦੇਖ ਕੇ ਹੈ ਜਰ ਡੰਗਰ ਮੂੰਹ ਹੀ ਜੀ ਨਾ ਹੋਵੇ। ਚੁੱਪ ਕਰਕੇ ਬਹਿ ਜਾ। ਅੱਛਾ ਬਕਵਾਸ ਕਰ, ਚੁੱਪ ਚੁੱਪ ਕਰਕੇ ਬਹਿ ਨਹੀਂ, ਚੁੱਪ ਕਰਕੇ ਬਹਿ ਜਾ। ਲਾਜੀ ਤੁਹਾਡੇ ਸਾਹਮਣੇ ਭਾਬੀ ਰਣਜੀਤ ਕੌਰ ਆਪਣੇ ਕੱਦੂ ਦੇ ਕੋਫਤੇ ਬਣਾਉਣਾ ਤੁਹਾਨੂੰ ਸਿਖਾਉਗੀ, ਅਤੇ ਬਹੁਤ ਵਧੀਆ ਕੱਦੂ ਦੇ। ਪਾਣੀ ਕਿਸ ਵਾਸਤੇ ਰੱਖਿਆ ਹੋਇਆ? ਉਹ ਪਾਣੀ ਦਾ ਕਈ ਵਾਰੀ ਹੱਥ ਲਾਉਣਾ ਹੁੰਦਾ ਵਾ, ਹੋਰ ਕੀ ਕਰਨਾ ਵਾ। ਹਾਏ ਨੇ ਬੇਟਾ ਦੀ ਜੋ ਆਕੜੀ ਆ ਯਾਰ, ਹਾਏ ਹਾਏ ਹਾਏ। ਦੇਖੋ ਜੀ ਕੋਫਤੇ ਭਾਬੀ ਰਣਜੀਤ ਕੌਰ ਦੇ ਹੱਥ ਦੇ ਕੋਫਤੇ ਖਾਓਗੇ, ਠੀਕ ਹੈ ਨਾ, ਖਾਂਦੇ ਹੀ ਰਹਿ ਜਾਓਗੇ, ਉਂਗਲਾਂ ਚੱਟਦੇ ਰਹਿ ਜਾਓਗੇ। ਠੀਕ ਹੈ ਨਾ, ਇਹ ਨਾ ਕਿਹੋ ਵੀ ਅਸੀਂ ਨਹੀਂ ਖਾਧੇ ਭਾਬੀ ਦੇ ਹੱਥ ਦੇ ਕੋਫਤੇ। ਇੰਨੇ ਸਵਾਦ ਆ ਵੀ ਬਹੁਤ ਸੋਹਣੇ ਸਵਾਦ ਬਣਾਉਂਦੀ ਆ। ਆਲੂ ਦੇ ਕੋਫਤੇ ਨਹੀਂ, ਇਹ ਹੈਗਾ ਕੱਦੂ ਦੇ ਕੋਫਤੇ। ਕੱਦੂ ਦੇ ਕੋਫਤੇ ਅਤੇ ਬਹੁਤ ਬਹੁਤ ਸੋਹਣੀਆਂ ਸਬਜ਼ੀਆਂ ਬਣਾਉਂਦੀ ਆ, ਤੇ ਅੱਜ ਤੁਹਾਨੂੰ ਸਿਖਾ ਰਹੀ ਆ ਇਹ ਕੱਦੂ ਦੇ ਕੋਫਤੇ ਬਣਾਉਣੇ ਸਿਖਾਣੇ ਆ। ਡੈਡੀ ਮੈਂ ਗੱਲ ਪੁੱਛਾਂ, ਔਰ ਗੱਲ ਕੀਤਾ, ਸਾਰੇ ਸਿੱਖੇ ਹੋਏ ਨੇ ਘਰ ਘਰ ਬਣਾਉਂਦੇ ਨੇ, ਪਰ ਅੱਜ ਕੋਈ ਨਵੇਂ ਤਰੀਕੇ ਨਾਲ ਸਿਖਾਓਗੀ? ਠੀਕ ਆ ਨਾ, ਭਾਬੀ ਸਿਰ ਥੱਲੇ ਲੱਤਾਂ ਉੱਪਰ ਕਰੂਗੀ ਤੇ ਫਿਰ ਤੁਹਾਨੂੰ ਕੋਫਤੇ ਬਣਾਉਣੇ ਸਿਖਾਓਗੀ। ਗੱਲਾਂ ਨਾ ਕਰੋ ਵਾਲੀਆਂ, ਤੇ ਕੋਫਤੇ ਆ ਮੇਰੇ ਦਿਓਰਾ ਨਣਦਾ ਨੇ ਹੀ ਖਾਣੇ ਆ, ਇਕੱਲੇ ਆਪਾਂ ਨਹੀਂ ਖਾਣੇ ਗੇ। ਬੋਲੋ ਵੀ ਤੇ ਆਏ ਹਾਏ 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 ਹਾਏ, ਲਓ ਜੀ ਲਓ 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 ਲਓ, ਬਸ ਬਸ ਇੱਦਾਂ ਹੀ ਰਾੜ ਰਾੜ। ਨਹੀਂ ਨਹੀਂ ਹਲੇ ਰਾੜਨੇ ਆ, ਹਲੇ ਤਾਂ ਕੱਚੇ ਨੇ ਇੱਕ ਪਾਸੋਂ। ਤੂੰ ਤਾਂ ਮੈਨੂੰ ਰਾੜਿਆ ਪਿਆ, ਇਹ ਤਾਂ ਰਾੜਨੇ ਸੌਖੇ ਨੇ। ਚੁੱਪ ਡੰਗਰ ਜਨਾਨੀ, ਕੱਢ ਕੇ ਬਹਿ ਲੈ, ਖਰਗੋਸ਼ ਛੱਡ ਕੇ ਦੰਦ ਜੀ ਬਾਹਰ ਨੂੰ। ਚੁੱਪ ਕਰ, ਇਹ ਗੱਲ ਕਹਾਂ ਸਾਰੇ ਜਾਣਿਆਂ ਨੂੰ ਕਿ ਮੇਰੇ ਮੰਮੀ ਡੈਡੀ ਨੂੰ ਕੱਦੂ ਇੰਨਾ ਪਸੰਦ ਆ, ਮੇਰਾ ਨਾਮ ਹੀ ਵੀ ਇਹਦੇ ਨਾਲ ਕੱਦੂ ਰੱਖਿਆ ਹੋਇਆ। ਓਏ ਹੋਏ, ਅਜਾ ਅੱਜ ਮੇਰੇ ਨੰਨੂ ਦਾ ਜਨਮ ਦਿਨ ਹੈ, ਮੇਰੇ ਕੋਲ ਸ਼ਿਵ ਸ਼ਕਤੀ ਹੰਸ ਨਹੀਂ ਇੱਕ ਬੱਚਾ ਹੋਰ ਆ ਜਿਹਦਾ ਨਾਮ ਆ ਨੰਨੂ, ਅਤੇ ਅੱਜ ਨੰਨੂ ਦਾ ਜਨਮ ਦਿਨ ਆ ਅਤੇ ਮੇਰੇ ਨੰਨੂ ਨੂੰ ਅੱਜ ਜਨਮ ਦਿੰਦੀਆਂ ਵਧਾਈਆਂ ਦੇਵੋ, ਅਤੇ ਮੇਰੇ ਕੋਲ ਮੇਰਾ ਨੰਨੂ ਨਾਨਕੇ ਗਿਆ ਹੋਇਆ ਵਾ। ਠੀਕ ਹੈ ਨਾ, ਅੱਜ ਕੱਲ੍ਹ ਵੀਡੀਓ 'ਚ ਵੀ ਨਹੀਂ ਦੇਖਦਾ ਹੈਗਾ, ਅਤੇ ਜਿੱਦਣ ਆ ਗਿਆ ਫਿਰ ਵੀਡੀਓ 'ਚ ਦਿਖੂਗਾ। ਬਾਰੀ ਬਸ ਖੜ ਕੇ ਰਹਿੰਦਾ ਕੰਨੂ, ਹਾਏ ਮੇਰਾ ਨੰਨੂ, ਹਾਏ ਮੇਰਾ ਨੰਨੂ, ਨੰਨੂ ਮੇਰਾ ਨੰਨੂ, ਆ ਚੱਕ ਅੱਖ ਤੇ ਆ ਚੱਕ ਚੁੰਮਾ, ਅੱਜ ਵੀਰਵਾਰ ਕੀ ਜੀ ਰਹੇ ਕਿ ਚੁੰਮਾ, ਬਾਬੀ ਰਣਜੀਤ ਕੌਰ ਦਾ ਜਿੰਦੇ ਹਨ ਦਾ ਸ਼ਿਵ ਸ਼ਕਤੀ ਦਾ ਲੈਲਾ ਚੁੰਮਾ ਚੁੰਮਾ। ਬੱਲੇ ਵੀ ਬੱਲੇ, ਚੁੱਪ ਕਰ ਜੋ, ਗੱਲਾਂ ਵਾਲੀਆਂ ਮਾਰਿਆ ਕਰੋ ਚੰਗਾ, ਮੇਰੇ ਦਿਓਰ ਨਾਨ ਦਾ ਆ ਜਾਣਗੇ, ਜੇ ਖਾ ਗਏ ਨਾ ਸਾਰੀ ਸਬਜ਼ੀ ਫਿਰ ਤੁਸੀਂ ਕਹਿਣਾ ਵਾ ਲੈ ਤੇਰੇ ਦਿਓਰ ਨਾਨ ਤਾਂ ਖਾ ਗਏ ਆ ਕੇ। ਅੱਖਾਂ ਤੱਤੀਆਂ ਕਰਨ ਦਾ ਮਾਰਾ ਭੰਨ ਕੇ ਟਰੱਕ ਬਹਿ ਗਿਆ, ਪਹਿਲਾਂ ਮੈਨੂੰ ਕੋਫਤੇ ਤੱਤੇ ਕਰ ਲੈਣ ਦੋ। ਤੱਤੇ ਕਰ ਲੈਣ ਦੋ, ਕੋਫਤੇ ਤੱਤੇ ਕਰ ਲੈ, ਐਵੇਂ ਨਹੀਂ ਕਦੀ ਕੋਫਤੇ ਬਣਾ ਲੈਣ ਦੋ। ਹਨਾ ਵੀ
रंजीत कौर बाबी शिव शक्ति हंस अज तुहानू बना के सिखा रहे हां असी कद्दू दे कोफ्ते अते कल नू तुहानू सिखावांगे असी भी शिमला मिर्च भर के किवें बनाई दी आ अते बहुत सारिया चीज़ां ने जिहड़ियां असी तुहानू सिखाना चाहांगे। ते मेरे बेटे मिलन जिहड़े कि इंटरव्यू वाले ने वह भी पहुँच गए ने अते बहुत सारिया गल्लां ने जिहड़ियां तुहानू सिखाणियां ने। आंडा गोभी तुसी बहुत ज़्यादा पसंद करी आ ते आंडा गोभी तुहानू आंडे गोभी एक बार वीडियो होर दिखावांगे ते वह किस तरह बनते ने अते दोबारा कुछ होर हिसाब नाल बनावांगे। लो जी लगी हुई है बनाने जना दी की बना लगी है कद्दू दे कोफ्ते क्या हुआ ठीक है ना कल बनाया सी अपा परठा हुन थोनु परठा एक बार होर दसा किद्दा बनदा परठा ठीक है ना मटर पा के विच फिर बनावांगे अपा परठा किद्दा बनदा परठा मटर नहीं पाउणे अपा पावांगे ओए अपा पनीर पावांगे ओ पनीर भी पावांगे मटर भी पावांगे नहीं अपा पनीर पावांगे ओ नहीं ਆਪਾਂ ਪਨੀਰ ਪਾਵਾਂਗੇ ਉਹ ਯਾਰ ਇਹਨਾਂ ਨੂੰ ਪਨੀਰ ਪਾ ਕੇ ਦੇ ਦਾਂਗੇ ਅੱਡ ਆਪਾਂ ਦਿਓਰ ਨਣਦਾ ਸਾਰੇ ਜਾਣੇ ਆਪਾਂ ਪਨੀਰ ਪਾ ਕੇ ਦੋ ਮਟਰ ਪਾ ਕੇ ਖਾਵਾਂਗੇ ਠੀਕ ਹੈ ਨਾ ਓਏ ਇਸ਼ਕ ਨਚਾਵੇ ਗਲੀ ਗਲੀ ਗਲ ਕਰਦਾ ਹੈ ਹਰਦਮ ਜਲੀ ਜਲੀ ਨਾ ਇੱਕ ਬਿਸਾ ਵੇਖੇ ਹੈ ਕੋਈ ਆਸਿਕ ਵਰਗਾ ਜੋ ਕਰ ਭੂਤ ਮਾਸਾ ਵੇਖੇ ਹੈ ਕੋਈ ਆਸਿਕ ਵਰਗਾ ਜੋ ਕਰ ਭੂਤ ਮਾਸਾ ਵੇਖੇ क्या बात आ अज भाभी लगी हुई है कोफ्ते बनाउण अते कोफ्ते जिहड़ी दा भी है ठीक है ना भाभी कद्दू जिहड़ी आ भाभी दा नाम भी कद्दू जिहड़ी हैगी आ ठीक है ना ते मैं कहना लोकी बचपन तो लैके 30-35 साल तक नहीं हुंदे चल 20 साल तक लंबे हुंदे जांदे आ इह हुण दिन पे दिन निक्की हुंदी जांदी आ दिन पे दिन छोटी हुंदी जांदी आ ठीक है लो जी डोलू पा के लिया अज मैं जाना दीपा को दीपा को अज ਕੋਫਤੇ ਲੈ ਕੇ ਆਵਾਂਗਾ ਠੀਕ ਹੈ ਯਾਰ ਡੋਲੂ ਥੋੜੀ ਹਾਂ ਉਹ ਵੱਡੀ ਬਾਲਟੀ ਲੈ ਕੇ ਆਊਗਾ ਵੱਡੀ ਬਾਲਟੀ ਲੈ ਕੇ ਤਾਂ ਥੋੜਾ ਖਾਨਦਾਨੀ ਕੰਮ ਆ ਇਹ ਖਬਰ ਹੈ ਕਰੀ ਗਿਆ ਪੂਰਾ ਪਰਿਵਾਰ ਦਾ ਕੰਮ ਆ ਠੀਕ ਆ ਨਾ ਇਹ ਐਵੇਂ ਹੀ ਆ ਚੱਕਣੇ ਪੈਂਦੇ ਫੱਟੇ ਫਿਰ ਬਾਲੇ ਚੱਕਦੇ ਹੁੰਦੇ ਹਨ ਯਾ ਲੋ ਵੀ ਲੋ ਵੀ ਆ ਲੋ ਜੀ लो जी प्याज पूज फड़ा दो हुण बैठे आ सराणे प्याजा दे मैनूं ऐ लगदा वा जिवें प्याजा दी राखी बैठे हुंने आ मैना बैनी वे तेरे प्याजां दी राखी मेरी सुरखी लैंदी तेरी सुरखी किधर लैंदी आ जेड़ा कोई जुम्मा लोका ताही लोकी उत्तर दी ओ नहीं सीटी मारने उतर जांदी आ इह अच्छा हां तल तल कच्चा इहने सानूं कच्ची सब्जी बना के खवाउणी आ मैनूं लगदा ਬੁੜਾ ਵਧਿਆ ਨਾ ਇਹਦਾ ਇਹਦਾ ਰੋਂਦੇ ਰਹਿੰਦੇ ਸੀ ਕੱਦ ਨੂੰ ਵੀ ਰੱਬਾ ਸਾਡਾ ਕੱਦ ਵਧਾ ਦੇ ਰੱਬਾ ਸਾਡਾ ਕੱਦ ਵਧਾ ਦੇ ਪਰ ਗੁੱਸਾ ਨਾ ਕਰਿਓ ਮੈਂ ਭਾਬੀ ਗੁੱਸਾ ਨਾ ਕਰਿਓ ਆਪਾਂ ਪਿਆਜ ਪਾਉਨੇ ਆ ਐਵੇਂ ਅੱਖਾਂ ਜਨ ਪਵਾ ਲਿਓ ਪਿਆਜ ਪਰੇ ਹੋ ਕੇ ਵੇਖਿਓ ਠੀਕ ਹੈ ਨਾ ਆ ਬਾਦ ਟਮਾਟਰ ਆਪਾਂ ਪਾ ਦਿਆਂ ਹਰੀਆਂ ਮਿਰਚਾਂ ਇਹ ਆ ਜਪੋਲੀ ਹਣ ਜਿੰਨਾ ਚਕਰ ਹੁੰਦੇ ਲਾਲ ਭਾਬੀ ਬੋਲ ਆਪਾਂ ਲਾਉਨੇ ਆ ਤੁਹਾਡੇ ਵੀਰੇ ਦੀ ਕਲਾਸ धूप में ना निकला करो रूप की रानी
कहीं गोरा रंग काला ना पड़े जाए। काला तो पहले कीता ब्याह वा। हां रंग काला कीता है। और की ओ तू चल दबा हो। ओ किधर दबा हो जा। इधर बाहर नु जा। ना मसा ना मैं करे आई हां। जा पर बाके पुरानी जा। ना बा हां जी। की हां जी बोलो। अनक हैगा भी आज सगल दे लगा के ए मेला दा आपा नु बनाणा पैणा वा मिट्टी दा। थोड़े ना पूरा नक वड्डा ही है। चले भगवान नक वड्डा है दा टगर जना नहीं किसे आपदा डग नक डड्डू को वर करना नक लई फिर जे तोरे फिर दे साइकिल मार्केट चले गई मैं लुधियाने मैं कहा चले नु साइकिल ले दे ठीक है ना साइकिल चलाया करूगी। ओ साइकिल तो मेरे के लत्ता ही नहीं पहुंची है ये जड़ी गल कहनी आपा कह देने हां ठीक है ना मुड़ के कहनी मेनू पन्ना लाल दे पकौड़े सुवा ता घोड़ा तेनू पन्ना लाल दे पकौड़े तेनू लुधियाने ठीक है ना मैं कहा तू गिजी हुई है जलंधर कैंट दे पकौड़े जवाली दे पकौड़े मैं जवाली दे पकौड़े खाया कर पन्ना लाल दे पकौड़े ता नहीं खादे के ਕਾਕਾ ਪੰਨਾ ਲਾਲ ਤਾਂ ਮੈਂ ਇੱਥੇ ਹੀ ਜਾਦੇ ਮੋਟਾ ਸੀਗਾ ਤੇ ਫਿਰ ਖਾ ਖਾ ਕੇ ਤੂੰ ਵੀ ਮੋਟੀ ਹੋ ਜਾਣਾ ਸੀ ਤਾਂ ਹੋਰ ਕਿ ਮੈਂ ਉਦੋਂ ਜਾਦੇ ਮੋਟੀ ਹੋ ਜਾਣਾ ਫਿਰ ਮੈਂ ਤਾਂ ਹਿੱਲਿਆ ਨਹੀਂ ਜਾਂਦਾ ਹਿੱਲੇ ਤਾਂ ਮੈਂ ਤਾਂ ਹੁਣ ਵੀ ਨਹੀਂ ਜਾਂਦਾ ਭਾਈ ਪੰਨਾ ਲਾਲ ਪਕੌੜਿਆਂ ਨਾਲ ਸਾਡੇ ਲੁਧਿਆਣੇ ਦੇ ਵਿੱਚ ਬਹੁਤ ਮੇਨ ਆ ਜਦੋਂ ਵੀ ਤੁਸੀਂ ਲੁਧਿਆਣੇ ਆਉਂਦੇ ਆ ਉਹ ਠੀਕ ਆ ਨਾ ਪੰਨਾ ਲਾਲ ਦੇ ਪਕੌੜੇ ਜ਼ਰੂਰ ਖਾਣੇ ਆ ਤੇ ਕਿਉਂਕਿ ਪੰਨਾ ਲਾਲ ਪਕੌੜਿਆਂ ਵਾਲਾ ਸਾਡੇ ਬਾਬਾ ਫੇਮਸ ਆ ਲੁਧਿਆਣੇ ਦੇ ਅੰਦਰ ਜਿਹੜਾ ਇੱਕ ਵਾਰ ਪਕੌੜੇ ਖਾ ਲੈਂਦਾ ਤਾਂ ਪੰਨਾ ਲਾਲ ਪਕੌੜਿਆਂ ਵਾਲੇ ਦੇ ਤੇ ਸਮਝ ਲਓ ਵਾਰ ਵਾਰ ਖਾਂਦਾ ਰਹਿੰਦਾ ਵਾ ਇਸ ਕਰਕੇ ਪੰਨਾ ਲਾਲ ਦੀ ਦੁਕਾਨ ਆ ਆਪਣੇ ਗਿਲ ਚੌਂਕ ਦੇ ਵਿੱਚ ਜਮਾਲਪੁਰ ਵੀ ਆ ਪੰਨਾ ਲਾਲ ਦੀ ਦੁਕਾਨ ਅਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਲੁਧਿਆਣੇ ਦੇ ਅੰਦਰ ਇਹ ਵੀ ਕਹਿੰਦੇ ਮਤਲਬ ਦੇਖਣ ਵਾਲੀਆਂ ਨੇ ਸਭ ਤੋਂ ਪਹਿਲਾਂ ਤਾਂ ਸਾਡੇ ਘੰਟਾ ਘਰ ਚੌੜਾ ਬਾਜ਼ਾਰ ਅਤੇ ਸਾਡੇ ਸ਼ੇਰਪੁਰ ਵੀ ਦੇਖਣ ਵਾਲਾ ਠੀਕ ਹੈ ਨਾ ਸਾਡਾ ਸ਼ੇਰਪੁਰ ਬਹੁਤ ਸੋਹਣਾ ਵਾ ਤੇ ਸ਼ੇਰਪੁਰ ਵਰਗਾ ਇਲਾਕਾ ਮੈਨੂੰ ਲੱਗਦਾ ਕਿਤੇ ਮਿਲ ਸਕਦਾ ਵਾ ਹਾਂ ਮਿਲ ਹੀ ਨਹੀਂ ਸਕਦਾ ਹੈਗਾ ਨਾ ਭਾਬੀ ਮਿਲ ਸਕਦੀ ਆ ਤੁਹਾਨੂੰ ਮੇਰੇ ਵਰਗੀ ਠੀਕ ਹੈ ਨਾ ਚੁੱਪ ਕਰਕੇ ਬਹਿ ਜਾ ਚੁੱਪ ਚੁੱਪ ਕਰ ਜਾ ਖਰਗੋਸ਼ ਜੇ ਕਰਦੇ ਕੀ ਰਹਿੰਦੇ ਇਹ ਜਾਲਾ ਨਹੀਂ ਆ ਜਿਹੜੀਆਂ ਕੰਨਾਂ 'ਚ ਪਾਲੀਆਂ ਪਾਈਆਂ ਹੋਈਆਂ ਨਾ ਇਹ ਵੀ ਘੰਟਾ ਘਰ ਤੋਂ ਚੁੱਕ ਕੇ ਲੈ ਕੇ ਆਈ ਆ ਇਹ ਘੰਟਾ ਘਰ ਆਪੇ ਚੁੱਕ ਕੇ ਲੈ ਕੇ ਆਉਣਗੇ ਜਰ ਮੈਂ ਦਿਓਰਾਂ ਨਾਲ ਤੁਹਾਨੂੰ ਅੱਖਾਂ ਚੁੰਮੇ ਦੇ ਕੇ ਆਉਣੇ ਆ ਹੈ ਘੰਟਾ ਘਰ ਚੜ ਕੇ ਫਿਰ ਮੈਂ ਸੇਲ ਵੀ ਲਾਉਣੀ ਉੱਥੇ ਜਾ ਕੇ ਘੰਟਾ ਘਰ ਜਾ ਕੇ ਚੌੜਾ ਬਾਜ਼ਾਰ ਜਾ ਕੇ ਅੱਖਾਂ ਚੁੰਮਿਆਂ ਦੀ ਤੇ ਕਹਿੰਦੇ ਉਹਦਾ ਮੈਂ ਚੱਕ ਕੇ ਲੈ ਕੇ ਹੀ ਆਉਣੇ ਆ ਹਨਾ ਵੀ ਕੋਫਤੇ ਤੇ ਦਿਖਾਈ ਕੋਫਤਾ ਦੇ ਦੇ ਹੱਥ ਨਹੀਂ ਲਾਉਣਾ ਜਿਹਨੇ ਹੱਥ ਲਾਇਆ ਨਾ ਦੇਖਦੇ ਜਾਇਓ ਇਹ ਮੇਰੇ ਦਿਓਰਾ ਨਣਦਾਂ ਵਾਸਤੇ ਆ ਨਹੀਂ ਤਾਂ ਥੋੜੀ ਫੈਂਡੀ ਲੱਗ ਜਾਣੀ ਆ ਹਾਂ ਦਿਓਰਾ ਨਣਦਾਂ ਨੇ ਆ ਕੇ ਫੜ ਕੇ ਤੁਹਾਨੂੰ ਢਾ ਲੈਣਾ ਤੂੰ ਕੰਮ ਕਰ ਨਹੀਂ ਜਿੰਦਾ ਵਾ ਚੱਪਾ ਕਰੋ ਪਰੇ ਹਟੋ ਜਾ ਕੇ ਬੰਗਰ ਜੀ ਨਾ ਨਹੀਂ ਕਰ ਦੇ ਕਿਨੇ ਤਾਂ ਖਰਬੂਜੇ ਖਾਣੇ ਦੇ ਹਾਂ ਮੈਂ ਤਾਂ ਖਰਬੂਜੇ ਖਾਣਾ ਤੂੰ ਤਾਂ ਡੱਡੂ ਖਾਣੀ ਆ ਕੋਫਤੇ ਫਿੱਕੇ ਆ ਮਿਰਚਾਂ ਘੱਟ ਤੇਜ ਪਾਇਆ ਕਰ ਹਲਦੀ ਗਰਮ ਮਸਾਲਾ ਮਿਰਚਾਂ ਆਪਾਂ ਹੋਰ ਪਾ ਦਿੰਦੇ ਆ ਆਪਣਾ ਕਿਹੜਾ ਕੁਛ ਘਸਦਾ ਵਾ ਖਾਣੀਆਂ ਤਾਂ ਇਹਨਾਂ ਨੇ ਕਿਉਂ ਤੂੰ ਗੰਦਾ ਹੋ ਜਾ ਰੋਟੀ ਖਾਣ ਲੱਗੇ ਸਾਨੂੰ ਗਰਮੀ ਨਾ ਆਵੇ ਚਾਹੇ ਠੰਡ ਹੋਵੇ ਪੂਰੀ ਬਰਫ਼ ਪੈਂਦੀ ਹਾਂ ਜਦ ਤੱਕ ਸਾਡੇ ਚਿਹਰੇ ਨੂੰ ਗਰਮੀ ਨਾ ਆਵੇ ਸਰੀਰ ਨੂੰ ਗਰਮੀ ਨਾ ਆਵੇ ਜਦ ਤੱਕ ਅਸੀਂ ਰੋਟੀ ਖਾਣੀ ਪਸੰਦ ਨਹੀਂ ਕਰਦੇ ਹੋਏ ਨਾ ਲਾਲ ਹਲੇ ਲਾਲ ਹੋਣਗੇ ਪਰੇ ਹੋ ਜਾ ਤੁਸੀਂ ਕਰਾਂ ਅਜੇ ਇੰਨਾ ਟਾਈਮ ਆ ਖੜੋ ਪਰੇ ਪਰ 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 ਗੱਡੀ ਆਤੀ ਹੈ ਠੰਡਾ ਲਾ ਸੇ ਚਲਤੀ ਹੈ 9-12 ਸੇ ਮੇਰੇ ਉੱਪਰ ਕੀ ਪਾਣੀ ਸਿੱਟੀ ਜਾਂਦੀ ਆ ਕੀ ਹੋ ਗਿਆ ਮੇਰੇ ਉੱਪਰ ਮੇਰੀ ਕੁੜੀ ਤੇ ਪਾਣੀ ਪਾਈ ਜਾਂਦੀ ਹੈ ਡੰਗਰ ਜਨਾਨੀਏ ਚੱਪ ਯਾਰ ਬਾਗੋ ਮੇ ਬਹਾਰ ਹੈ ਆਪਕਾ ਹੀ ਇੰਤਜ਼ਾਰ ਹੈ ਨਹੀਂ ਨਹੀਂ ਹਮਾਰਾ ਨਹੀਂ ਇੰਤਜ਼ਾਰ ਹੁਣ ਤੈਨੂੰ ਵਾਲੇ ਪਿਓ ਦਾ ਇੰਤਜ਼ਾਰ ਹੈ ਵੀ ਡੋਲੂ ਲੈ ਕੇ ਆਊਗਾ ਤੇ ਉਹਨੂੰ ਮੈਂ ਉਲੂ ਕੋਮ ਤੇ ਬਾ ਕੇ ਬੜਾ ਯਾਰ ਤੁਸੀਂ ਗਲਤ ਬੋਲ ਜਾਂਦੇ ਆ ਡੋਲੂ ਲੈ ਕੇ ਆਊਗਾ ਹਨਾ ਵੀ
ਕੱਲ ਤੇ ਨਹੀਂ ਬੋਲੀਦਾ ਹੁੰਦਾਗਾ ਡੋਲੂ ਦਾ ਐਡਾ ਕੋ ਤਾਂ ਵੱਡੀ ਸਾਰੀ ਪਾਰਟੀ ਲੈ ਕੇ ਆਉਣੀ ਆ ਵੱਡੀ ਸਾਰੀ ਪਾਰਟੀ ਤੂੰ ਤਰਿਆ ਹੋਇਆ ਕਹਿੰਦੇ ਮੈਂ ਵੱਡਾ ਸਾਰਾ ਦੇਗਾ ਤਰਿਆ ਹੋਇਆ ਫਰੀ ਪਾਣ ਚ ਬਣਾਏ ਨੇ ਜਿਹਦੇ ਨਾਲ ਆਪਣਾ ਨਾ ਸਾਰੇ ਲੋਕਾਂ ਕੇ ਕੀ ਧਰੇ ਬੰਦਾ ਤਾਂ ਪਾਣੀ ਦੀ ਬਾਲਟੀ ਭਰ ਕੇ ਦੇਣੀ ਆਪਾਂ ਕਹਣਾ ਸਬਜ਼ੀ ਦੇ ਦੇਣੀ ਆ ਦੋ ਕੋਪ ਤੇ ਪਾ ਕੇ ਉਹ ਦੂਆ ਬਾਲਟੀ ਦੇ ਵਿੱਚ ਪਾ ਦੇ ਪਾਣੀ ਦੇ ਵਿੱਚ ਇਹਦਾ ਪਿਓ ਆਪ ਹੀ ਭਿਉਂ ਭਿਉਂ ਕੇ ਖਾਈ ਜਾਊਗਾ ਪਿਉਣ ਦੀ ਲੋੜ ਨਹੀਂ ਲੋੜੀ ਵਿੱਚ ਡੁੱਬੇ ਹੋਣੇ ਆ ਠੀਕ ਆ ਨਾ ਹਾਏ 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 ਇਹਦਾ ਬੁੜਾ ਟਿਫਨ ਚੋਰ ਆ ਜਿਹੜੇ ਕਿ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਨਾ ਉੱਥੇ ਲੱਗਿਆ ਚੌਂਕੀਦਾਰ ਉਹਨਾਂ ਦੇ ਟਿਫਨ ਚੋਰੀ ਕਰ ਕਰਕੇ ਖਾਂਦਾ ਰਹਿੰਦਾ ਵਾ ਉਹ ਭੁੱਖ ਜ਼ਿਆਦਾ ਲੱਗਦੀ ਆ ਭੁੱਖ ਜ਼ਿਆਦਾ ਕੀ ਲੱਗਦੀ ਆ ਨਾ ਤੇ ਭਾਈ ਪੁੱਛਣਾ ਜੀ ਭੈਣ ਪੁੱਛੇ ਠੀਕ ਆ ਨਾ ਰੋਟੀ ਪਾਣੀ ਹਾਂ ਉਹ ਫਿਰ ਤੁਹਾਨੂੰ ਪਤਾ ਹੀ ਆ ਗੁਜ਼ਾਰਾ ਤਾਂ ਉਹਨੇ ਕਰਨਾ ਹੀ ਆ ਮੈਨੂੰ ਪਤਾ ਹੀ ਨਹੀਂ ਲੱਗਾ ਸੀ ਹਾਂ ਤੂੰ ਪੁੱਛ ਲੈ ਮੈਨੂੰ ਪਤਾ ਹੀ ਨਹੀਂ ਲੱਗਾਗਾ ਸਾਡੇ ਘਰੇ ਆਇਆ ਸਾਡੇ ਸਿਰਾਣੇ ਘਰੇ 500 ਰੁਪਿਆ ਚੱਕ ਕੇ ਲੈ ਗਿਆ ਦਾ ਬੁੜਾ ਚੱਲ ਫਿਰ ਮੈਂ ਕਿਹਾ ਯਾਰ ਆਪਾਂ ਕੀ ਕਰਨਾ ਵਿਚਾਰ ਪਾਪਾ ਵਾ ਠੀਕ ਆ ਨਾ ਮੈਂ ਫਿਰ ਫੋਨ ਦੇ ਵਿੱਚ ਕਿਹਾ ਮੈਂ ਪਾਪਾ ਜੇ 500 ਰੁਪਏ ਨਾਲ ਨਹੀਂ ਸਰਦਾ ਚੱਲ ਤੂੰ ਮੇਰੇ ਤੋਂ ਮੰਗ ਲੈਂਦਾ ਮੈਂ ਤੈਨੂੰ ਹੋਏ 500 ਰੁਪਿਆ ਹੋਰ ਦੇ ਦਿੰਦਾ ਠੀਕ ਆ ਨਾ 1000 ਹੋ ਜਾਂਦਾ ਕਹਿੰਦਾ ਪੁੱਤ ਕਹਿੰਦਾ ਗਲਤੀ ਹੋ ਗਈ ਆ ਨਾ ਮੇਰੇ ਤੋਂ ਉਹ ਵੀ ਤਾਂ ਮੰਨ ਗਿਆ ਉਹ ਤਾਂ ਕਹਿੰਦਾ ਸੀ ਆ ਵੀ ਗਲਤੀ ਹੋ ਗਈ ਉਹ ਤਾਂ ਮੰਨ ਗਿਆ ਉਹ ਦੇਖ ਲਿਆ ਤੁਸੀਂ ਹੁਣ 500 ਰੁਪਿਆ ਰੱਖਿਆ ਵਾ ਅਗਲੀ ਵਾਰ 1000 ਰੱਖ ਦੇ ਮੈਂ ਚੱਕ ਕੇ ਲੈ ਜੂੰਗਾ ਆਪੇ ਹਾਂ ਫਿਰ ਚੋਰ ਦੀ ਕੁੜੀ ਆ ਤੂੰ ਹਾਂ ਹਾਂ ਉਹਨੇ ਫਿਰ ਤੁਹਾਨੂੰ ਸਮਝਾਉਣਾ ਹੀ ਸੀਗਾ ਅਰਨਜੀਤ ਕੌਰ ਆ ਜਿਹੜੀ ਇਹ ਚੋਰ ਦੀ ਬੇਟੀ ਹੈ ਇਹਦਾ ਪਾਪਾ ਚੋਰ ਆ ਇਹ ਨਹੀਂ ਪਤਾ ਉਹੀ ਆ ਕਿ ਹੋਰ ਅਸੀਂ ਦੋਨੇ ਨਾਲ ਹੀ ਜਾਂਦੇ ਸੀਗੇ ਚੋਰੀ ਕਰਨ ਕਿਉਂ ਮੈਂ ਕਾਹਤੇ ਜਾਣਾ ਹੋਊਗਾ दारू तुसी ना पिया करो क्योंकि आस पास पित्तल दियां बाल्टियां सारे दियां बेच के खा गया बुढ़ा चोरी करके इहदे बुढ़े नूं इहो जी नशे दी आदत है लून मिर्च मसाला पाता वा देखो इधर कड़ा वा लाल लाल हो गया वा बल्ले बल्ले हुण पा दो इहदे पानी जदों पानी उबल गया फिर पाया कोफते ਬਾਕੀ ਪ੍ਰਾਣੀ ਤੋਂ ਮੱਕੀ ਭੇਜਦਾ ਲੁਧਿਆਣੇ ਚ ਪਾਣੀ ਉਬਲਦਾ ਨੀ ਗਾ ਉਹਨਾਂ ਚੱਕਰ ਆਪਾਂ ਕੋਫਤੇ ਨਹੀਂ ਪਾਉਣੇ ਗੇ ਜਦੋਂ ਕੋਫਤੇ ਪਾਉਣੇ ਆ ਥੋੜਾ ਜਿਹਾ ਸੇਕ ਲੱਗਣਾ ਵਾ ਬਸ ਥੋੜਾ ਜਿਹਾ ਸੇਕ ਹੀ ਲੱਗਣਾ ਚੰਗੀ ਤਰ੍ਹਾਂ ਉਬਾਲ ਜਾ ਕੇ ਪਾਣੀ ਉਬਾਲਣਾ ਵਾ ਕੋਫਤੇ ਨਹੀਂ ਉਬਾਲਣੇ ਗੇ ਕਿਉਂ ਕੋਫਤੇ ਕਿਉਂ ਨਹੀਂ ਉਬਾਲਣੇ ਅਗੇ ਕੋਫਤੇ ਹਾਂ ਕੱਚਾ ਬੇਸਣ ਖਾਉਣਾ ਸਾਨੂੰ ਨਹੀਂ ਤੇ ਆ ਜਿਹੜੇ ਪਕੌੜੇ ਪਕਾਏ ਕੱਚੇ ਬੇਸਣ ਆ ਕੱਚਾ ਹੀ ਆ ਚੱਕ ਕੇ ਖਾ ਕੇ ਦੇਖ ਲਾ ਅਰੇ ਪਿਓ ਨੂੰ ਭੇਜ ਦੇ ਬਾਕੇ ਪ੍ਰਾਣੇ ਟਟ ਹਾਂਜੀ ਹੁਣ ਆਪਣੀ ਸਬਜ਼ੀ ਪਾਣੀ ਉਬਲ ਗਿਆ ਵਾ ਹੁਣ ਆਪਾਂ ਪਾਉਣ ਲੱਗੇ ਕੋਫਤੇ ਇਹਨਾਂ ਨੂੰ ਵੀ ਉਬਾਲਾ ਦਵਾਉਣਾ ਵਾ ਆਪਾਂ बुढ़ा तो ऐ मूंह बना के बह गया
ਤੇ ਫੋਟੋ ਵਾਲਾ ਕਹਿੰਦਾ ਕਹਿੰਦਾ ਵੀ ਬਾਜੀ ਥੋੜ੍ਹੇ ਜਿਹੇ ਦੰਦਾਂ ਕੱਢੋ। ਇਹਦੇ ਪਿਓ ਨੇ ਕੀ ਕਰਿਆ, ਚੱਕ ਕੇ ਨਕਲੀ ਦੰਦ ਕੱਢ ਕੇ ਉਹਦੇ ਹੱਥ 'ਤੇ ਰੱਖਤੇ। ਕਹਿੰਦਾ ਬਾਜੀ ਇਹ ਦੰਦਾਂ ਨੂੰ ਨਹੀਂ ਮੈਂ ਕਿਹਾ, ਠੀਕ ਹੈ ਨਾ, ਮੈਂ ਵੀ ਥੋੜ੍ਹੇ ਖੁਸ਼ ਹੋ ਕੇ ਦਿਖਾਵੋ ਸਾਨੂੰ। ਕਹਿੰਦਾ ਮੈਂ ਸੋਚਿਆ ਪਤਾ ਜੀ ਮੈਨੂੰ ਕਹਿੰਦਾ ਵੀ ਨਕਲੀ ਦੰਦ ਕੱਢ ਕੇ ਦਿਖਾ। ਇਹ ਜਿਹਾ ਦਾ ਬੁੜਾ ਇੰਨਾ ਸਿਆਣਾ ਸਿਆਣਾ ਬੁੜਾ ਤਾਂ ਲੱਭਾ ਨਾ ਤੁਹਾਨੂੰ। ਸਾਨੂੰ ਕਾਹਦਾ ਸਿਆਣਾ ਲੱਭਿਆ, ਮੇਰਾ ਤਾਂ ਘਰ ਖਾ ਖਾ ਕੇ ਅੱਧਾ ਕਰ ਦਿੱਤਾ ਉਹਨੇ, ਠੀਕ ਆ ਨਾ। ਮੈਂ ਤਾਂ ਜਿੰਨੇ ਪਿੱਤਲ ਦੇ ਭਾਂਡੇ ਸੀ ਸਾਰਾ ਇਹਦਾ ਬੁੜਾ ਮੇਰੇ ਪਿੱਤਲ ਦੇ ਭਾਂਡੇ ਵੇਚ ਕੇ ਖਾ ਗਿਆ। ਚੱਲ ਕੋਈ ਨਹੀਂ, ਉਲਟਾ ਮੇਰੀ ਬੁੜੀ 'ਤੇ ਲਾਈਨਾਂ ਮਾਰਦਾ ਸੀ। ਜਦ ਮੇਰੇ ਬੁੜੇ ਨੂੰ ਪਤਾ ਲੱਗਿਆ ਨਾ ਵੀ ਮੇਰੀ ਬੁੜੀ 'ਤੇ ਲਾਈਨਾਂ ਮਾਰਦਾ ਵਾ, ਮੈਂ ਆਪਣੀ ਬੁੜੀ 'ਤੇ ਗੱਲ ਕਰ ਲਾ, ਮੈਂ ਕਿਹਾ ਮੇਰੀ ਬੁੜੀ 'ਤੇ ਲਾਈਨਾਂ ਮਾਰਦਾ ਸੀ। ਮੇਰੇ ਪਿਓ ਨੂੰ ਲੱਗ ਗਿਆ ਵੀ ਵੀ ਜਿੰਦੇ ਹੰਸ ਦੀ ਮਾਂ 'ਤੇ ਲਾਈਨਾਂ ਮਾਰਦਾ ਇਹਦਾ ਪਿਓ। ਫਿਰ ਮੇਰੇ ਪਿਓ ਨੇ ਨੂਣ ਮਿਰਚ ਵਾਲਾ ਘੋਟਣਾ ਚੱਕ ਲਿਆ, ਉਹਦੇ ਨਾਲ ਹੀ ਖੜਕਾਇਆ, ਇਹਦੀਆਂ ਬੰਦ ਟਬੂਸੀਆਂ ਕਰ ਲਵਾਈਆਂ, ਠੀਕ ਆ ਨਾ। ਬਾ ਨਾਲੇ ਮੇਰੀ ਮਾਂ ਨੇ ਕੁੱਟਿਆ, ਨਾਲੇ ਮੇਰੇ ਬੁੜੇ ਨੇ ਕੁੱਟਿਆ। ਜਿੱਥੇ ਜਾਂਦਾ ਤਾਂ ਬੁੜਾ ਕੁੱਟੀ ਖਾਂਦਾ 24 ਘੰਟੇ, ਬੜੀ ਕੁੱਟ ਖਾਣ ਦੀ ਆਦਤ ਆ। ਅੱਗੇ ਬੋਲੀ ਚੱਲੋ ਨਾ, ਤੂੰ ਬੋਲਣਾ ਸੱਚ ਬੋਲਦਾ, ਮੈਂ ਨਹੀਂ ਝੂਠ ਬੋਲਦਾ। ਯਾਰ ਮੈਂ ਤੁਹਾਨੂੰ ਗੁੜ ਦਿੱਤਾ ਹੋਇਆ ਵਾ, ਬੋਲੀ ਚੱਲੋ। ਆਦੀ ਮਾਂ ਨੂੰ ਵੀ ਤੇਰੇ ਗੁੜ ਜਾ ਕੇ, ਉਹ ਵੀ ਬੋਲ ਪਈ। ਨਹੀਂ ਉੱਤੇ ਗਈ ਆ, ਉੱਤੇ ਗਈ ਆ। ਵੀ ਚਾਚੀ ਨੂੰ ਜਾ ਕੇ ਦੇ, ਗੁੜ ਉਹ ਬੋਲ ਪੂਗੀ। ਤੁਸੀਂ ਆਉੜੋ ਡਾਟ ਲਓ ਵੀ ਆਪਣੀ ਸਬਜ਼ੀ ਕੀ ਬਾਣ ਹੈ। ਆਪਾਂ ਗੈਸ ਕਰਤੀ ਬੰਦ, ਹੁਣ ਪਾਉਣੇ ਆਪਾਂ ਡੋਂਗੇ ਦੇ ਵਿੱਚ। ਆਲੂ ਵੀ ਆਲੂ, ਪਕੜੋ 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 ਪਕੜੋ। ਲਓ ਜੀ ਇਹ ਬਣਾਇਆ ਭਾਬੀ ਨੇ ਪਾਣੀ ਵਾਲੇ ਕੋਫਤੇ। ਕੋਫਤੇ ਸੁੱਕੇ ਵੀ ਬਣ ਦਿੰਦੇ, ਐਸੀ ਗੱਲ ਨਹੀਂ। ਪਾਣੀ ਵਾਲੇ ਕੋਫਤੇ ਨਹੀਂ, ਤਰੀ ਵਾਲੇ ਕੋਫਤੇ, ਤਰੀ ਵਾਲੇ ਕੋਫਤੇ। ਤਰੀ ਵਾਲੇ ਕੋਫਤੇ ਇਹਨਾਂ ਨਾਲੇ ਤਰੀ ਚੂਸਣੀ ਵੀ ਆ। ਹਾਂ ਨਾਲੇ ਇਹਨਾਂ ਨੇ ਇਕੱਠੇ ਹੋ ਜਾਣਾ ਮਾ ਥੋੜੇ ਜਿਹੇ ਹੋਰ, ਕਿਉਂਕਿ ਜਿੱਦਾਂ ਇਹਦਾ ਬੁੜਾ ਹੱਡੀਆਂ ਚੂਸਦਾ ਵਾ ਮੁਰਗੇ ਦੀਆਂ ਬੱਕਰੇ ਦੀਆਂ, ਉਦਾਂ ਹੀ ਇਹ ਕੋਫਤੇ। ਚੰਗਾ ਜੀ, ਭਾਬੀ ਰਣਜੀਤ ਕੌਰ ਵੱਲੋਂ, ਜਿੰਦੇ ਹੰਸ ਵੱਲੋਂ, ਸ਼ਿਵ ਸ਼ਕਤੀ ਹੰਸ ਵੱਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਨੂੰ ਕੱਲ ਨੂੰ ਮਿਲਦੇ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਿਪੀ ਦੇ ਨਾਲ। ਚੰਗਾ ਜੀ, ਬਾਏ ਬਾਏ।